और गल करेगा कमेंट्री। हेलो बुरज हरी ते मलक, वाहगुरु जी का खालसा वाहगुरु जी की फतेह। पैनिया कबड्डिया ते बब्बू मन लगना ते खिच लो तैयारी मित्रों। रंग मुल्लापुर दाखा विच बज गया ते कट हो गया भारी मित्रों। दुनिया नू बड़ी बेसबरी ना इंतजार सीगा अज दे दिन दा है, ताइयो ता दुनिया बड़ी दूर दूर तो मेरे वीरो पंजाब दे हर एक जिले तो कहने दर्शक अज कबड्डी ते पंजाबियों दे उस अणथक जोधे नू उस गायक नू जिहदे गीतां दी जिहदी कलम दी दुनिया दीवानियां नू सुन दे लई मेरे वीरो अज इस पवित्र धरती मुल्लापुर दाखा दे विच पुज्जे होए ने। और इस वेले दूसरे राउंड का पहला मैच जिहड़ा है खेड मैदान दे विच खेडिया जाना है। मलक ते दूसरे पासे बुरज हरी सिंह दी टीम है। मेरी बेनती है उस टीम नू भी जल्दी ना खेड मैदान दे विच पुज जावेगी। कबड्डी दी दुनिया दा कहिंदे महान कबड्डी खिडारी है। पिछले 20 सालां तों जिस जट दी कबड्डी दे विच धुम है, 54 मोटरसाइकिल जिते है, गड्डी सन्मान दे विच मिली है, अल्टो गड्डी पिछले दिनी जितन वाला कहिंदे पिथों वाला शीरा है, वह भी कहिंदे मुल्लापुर दाखा दे खेड ग्राउंडा दे विच पुज्या होया है। ते नाल वड्डा तजर्बा कबड्डी दा श्री मुक्तसर साहब दी धरती है, नौजिन राणी वाली है, घोनी भी खेड मैदान दे विच है, जगी भोंदड़ वाला कहिंदे इस सीजन दे विच सब तो वध मोटरसाइकिल जिस नौजिन ने इस सीजन दे विच जिते है, ਉਹ ਜੀ ਨੌਜਨ ਧਾਵੀ ਵੀ ਪੁੱਜ ਗਿਆ ਹੈ, ਹਿੰਦਾ ਮਲਕ ਵਾਲਾ ਵੀ ਪੁੱਜਿਆ ਹੈ। ਮੇਰੇ ਵੀਰੋ ਬੁਰਜ ਹਰੀ ਸਿੰਘ ਦੀ ਟੀਮ ਨੂੰ ਮੇਰੀ ਬੇਨਤੀ ਹੈ ਉਹ ਵੀ ਖੇਡ ਮੈਦਾਨ ਦੇ ਵਿੱਚ ਪੁੱਜ ਜਾਵੇ। ਲਓ ਗੱਲ ਇਹਨਾਂ ਖਿਡਾਰੀਆਂ ਦੀ ਹੋਗੀ, ਦਰਸ਼ਕਾਂ ਦੀ ਹੋਗੀ, ਤੇ ਜਿਨ੍ਹਾਂ ਨੇ ਵੱਡਾ ਪ੍ਰਬੰਧ ਕੀਤਾ ਹੈ, ਕਿਤੇ ਲੁਧਿਆਣੇ ਦੇ ਗੁਰੂ ਨਾਨਕ ਸਟੇਡੀਅਮ ਦੇ ਵਿੱਚ ਰੌਣਕਾਂ ਲਾਈਆਂ ਤੇ ਅੱਜ ਮੁੱਲਾਪੁਰ ਦੇ ਵਿੱਚ ਰੌਣਕਾਂ ਲੱਗੀਆਂ। ਕਬੱਡੀ ਜਗਤ ਦੇ ਨਾਲ ਜੁੜੀ ਹੋਈ ਉਹ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਜਿਹਦਾ ਮੀਡੀਆ ਦੀ ਦੁਨੀਆ ਦੇ ਵਿੱਚ ਵੀ ਵੱਡਾ ਨਾਮ ਹੈ, ਜਿਨ੍ਹਾਂ ਨੇ ਵੱਡਾ ਪਿਆਰ ਖੱਟਿਆ, ਇੰਦਰਜੀਤ ਸਿੰਘ ਜੀ ਮੁੱਲਾਪੁਰ ਸਿਟੀ ਆਫ ਚੈਂਪੀਅਨ ਦੇ ਤੌਰ ਤੇ ਜਾਣਿਆ ਜਾਂਦਾ। ਕੈਨੇਡਾ ਦਾ ਐਡਮਿੰਟਨ ਸ਼ਹਿਰ ਹਰ ਸਾਲ ਪੁੱਜਦੇ ਆ ਮੇਰੇ ਵੀਰੋ ਜੋ ਮੁੱਖ ਪ੍ਰਬੰਧਕ ਨੇ ਇਸ ਕਬੱਡੀ ਕੱਪ ਦੇ, ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਤੇ ਉਹਨਾਂ ਦੇ ਬਹੁਤ ਹੀ ਸਤਿਕਾਰਯੋਗ ਸਾਥੀਆਂ ਦੇ ਵਿੱਚੋਂ ਪਾਲੀ ਵਿਰਕ ਜੀ ਕੈਲਗਰੀ ਵਾਲੇ, ਉਹਨਾਂ ਦੇ ਵੀ ਅੱਜ ਦੇ ਕਬੱਡੀ ਕੱਪ ਦੇ ਲਈ ਮੇਰੇ ਵੀਰੋ ਬਹੁਤ ਵੱਡੇ ਯੋਗਦਾਨ ਨੇ। ਤੇ ਮੇਰੀ ਜ਼ਿੰਦਗੀ ਦਾ ਬਹੁਤ ਹੀ ਸਤਿਕਾਰਯੋਗ ਵੀਰ ਹੈ, ਜੋਧਾ ਪਿੰਡ ਹੈ ਕਹਿੰਦੇ ਮਨੀਲਾ ਦੇ ਵਿੱਚ ਵਸਦਾ ਕਿਰਨਾ ਜੋਧਾ ਵਾਲਾ ਹੈ, ਜੋ ਪ੍ਰਧਾਨ ਹੈ ਕੈਨੇਡਾ ਕਬੱਡੀ ਕੱਪ ਦਾ ਮੇਰੇ ਵੀਰੋ, ਉਸ ਵੀਰ ਦਾ ਵੀ ਧੰਨਵਾਦ ਕਰਦੇ ਹਾਂ। ਜਸਕਰਨ ਸਿੰਘ ਦਿਓਲ ਔਰ ਨਾਲ ਪਰਮਿੰਦਰ ਸਿੰਘ ਜੀ ਬੱਦੋਵਾਲ, ਬਹੁਤ ਹੀ ਸਤਿਕਾਰਯੋਗ ਐਡਮਿੰਟਨ ਵਾਲੇ ਸਾਡੇ ਵੀਰ, ਉਹਨਾਂ ਦਾ ਵੀ ਧੰਨਵਾਦ ਹੈ। ਤੇ ਮਨੀ ਬੇਰਮੀ ਉਹਨਾਂ ਦੇ ਅੱਜ ਦੇ ਕਬੱਡੀ ਕੱਪ ਦੇ ਲਈ ਬਹੁਤ ਵੱਡੇ ਯੋਗਦਾਨ ਨੇ। ਫਸਟ ਪ੍ਰਾਈਜ਼ ਦਾਖਾਂ ਦੇ ਵਿੱਚ ਅੱਜ ਰੌਣਕਾਂ ਲੱਗੀਆਂ ਤੇ ਦਾਖਾਂ ਦੇ ਭਰਾਵਾਂ ਨੇ ਕੈਨੇਡਾ ਦੀ ਧਰਤੀ ਤੇ ਜਾ ਕੇ ਵੀ ਵੱਡੀਆਂ ਮੱਲਾਂ ਮਾਰੀਆਂ। ਐਮਪੀ ਟ੍ਰੈਕਿੰਗ ਦਾ ਬਹੁਤ ਵੱਡਾ ਨਾਮ ਹੈ ਐਡਮਿੰਟਨ ਦੇ ਵਿੱਚ, ਪ੍ਰਵੰਤ ਸਿੰਘ ਜੀ ਸੇਖੋ ਪੁੱਜੇ ਹੋਏ ਹੈ, ਜਿਨ੍ਹਾਂ ਵੱਲੋਂ ਫਸਟ ਪ੍ਰਾਈਜ਼ ਜਿਹੜਾ ਹੈ ਅੱਜ ਦੇ ਕਬੱਡੀ ਕੱਪ ਦਾ ਦਿੱਤਾ ਜਾ ਰਿਹਾ। ਪ੍ਰਿਤਪਾਲ ਸਿੰਘ ਜੀ ਸੇਖੋ ਜੋ ਕੈਨੇਡਾ ਦੇ ਵਿੱਚ ਵੀ ਇਹਨਾਂ ਖਿਡਾਰੀਆਂ ਤੇ ਹਜ਼ਾਰਾਂ ਡਾਲਰ ਜਿਹੜਾ ਹੈ ਇੱਕ ਇੱਕ ਕਬੱਡੀ ਤੇ ਲਾ ਦਿੰਦੇ ਹੈ, ਉਹਨਾਂ ਨੂੰ ਵੀ ਅਸੀਂ ਇੱਥੇ ਪੁੱਜਣ ਤੇ ਜੀਆਂ ਨੂੰ ਆਖਦੇ ਹਾਂ। ਰਾਜਾ ਨਾਗਪਾਲ ਸਿੱਧਵਾਂ ਬੇਟ ਐਡਮਿੰਟਨ ਦੇ ਵਿੱਚ ਪਿੰਡ ਪੰਜਾਬ ਰੈਸਟੋਰੈਂਟ ਵਾਲੇ, ਉਹਨਾਂ ਦੇ ਵੀ ਅੱਜ ਦੇ ਮੇਲੇ ਦੇ ਲਈ ਦੂਸਰੇ ਪ੍ਰਾਈਜ਼ ਦੇ ਜਿਹੜੇ ਯੋਗਦਾਨ ਹੈ ਉਹਨਾਂ ਦਾ ਵੀ ਧੰਨਵਾਦ ਹੈ। ਤੇ ਟੰਟੋ ਦੀ ਸਿਰੇ ਦੀ ਖੇਡ ਕਲੱਬ ਓਕੇਡੀ ਦੇ ਮਿੰਟੂ ਸਿਵੀਆ ਜੀ, ਜਿਨ੍ਹਾਂ ਵੱਲੋਂ ਅੱਜ ਦੇ ਟੂਰਨਾਮੈਂਟ ਦੇ ਲਈ ਮੋਟਰਸਾਈਕਲ ਜਿਹੜੇ ਸਪੌਂਸਰ ਕੀਤੇ ਗਏ ਹੈ, ਉਹਨਾਂ ਦਾ ਵੀ ਧੰਨਵਾਦ ਹੈ। ਸਨੀ ਮੁੱਲਾਪੁਰ ਸਾਡਾ ਭਰਾ ਹੈ, ਸਾਨੂੰ ਮਾਣ ਹੈ ਸਾਡੇ ਵੀਰ ਤੇ, ਜੋ ਇੰਦਰਜੀਤ ਸਿੰਘ ਜੀ ਮੁੱਲਾਪੁਰ ਉਹਨਾਂ ਦਾ ਸਪੁੱਤਰ ਹੈ, ਉਹਨਾਂ ਦੇ ਸਾਰੇ ਸਾਥੀ ਕੋਮਲ ਬੜੈਚ, ਗੋਪੀ ਬੁਰਜ, ਗਗਨ ਹਲਵਾਰਾ, ਸੋਨੂ ਅੰਮੜਾ, ਇਕਬਾਲ ਗਰੇਵਾਲ, ਐਮਪੀ ਜਵੱਦੀ ਗਗਨ ਗਰੇਵਾਲ, ਉਹਨਾਂ ਦਾ ਵੀ ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਲਓ ਫਿਰ ਗੱਲ ਕਰਾਂਗੇ ਪ੍ਰਬੰਧਕਾਂ ਦੀ, ਤੇ ਨਾਲ ਇਸ ਵੇਲੇ ਮੈਚ ਜਿਹੜਾ ਮੇਰੇ ਵੀਰੋ ਦੂਸਰੇ ਰਾਊਂਡ ਦਾ ਪਹਿਲਾ ਮੈਚ ਖੇਡ ਮੈਦਾਨ ਦੇ ਵਿੱਚ ਸ਼ੁਰੂ ਹੋਣ ਜਾ ਰਿਹਾ। ਇੱਕ ਪਾਸੇ ਮਲਕ ਦੀ ਟੀਮ ਲੁਧਿਆਣਾ ਮੋਗਾ ਰੋਡ
ਐਨ ਜਦੋਂ ਗੱਡੀਆਂ ਭਾਈ ਦੀਆਂ ਬੱਸਾਂ ਲੰਘ ਰਹੀਆਂ ਤੇ ਮੇਰੇ ਵੀਰੋ ਇਸ ਗਰਾਊਂਡ ਦੇ ਕੋਲੋਂ ਲੰਘਦੀਆਂ ਤੇ ਫਿਰ ਵੱਖਰਾ ਹੀ ਜਿਹੜਾ ਮੇਰੇ ਵੀਰੋ ਖਿੱਚਦਾ ਕੇਂਦਰ ਉਹਨਾਂ ਆਉਣ ਵਾਲੇ ਆਵਾਜਾਈ ਦੇ ਜੋ ਸਾਧਨਾਂ ਤੇ ਲੰਘ ਰਿਹਾ ਉਹਨਾਂ ਦਰਸ਼ਕਾਂ ਦੇ ਵਿੱਚ ਵੀ ਜਨੂੰਨ ਜਿਹਾ ਚੜ੍ਹਦਾ ਵੀ ਅਸੀਂ ਵੀ ਰੁਕ ਕੇ ਮੁੱਲਾਪੁਰ ਦੇ ਮੈਚ ਦੇਖ ਲਈਏ। ਲਓ ਉਸ ਸਾਈਡ ਜਿਹੜੀ ਟੀਮ ਮੇਰੇ ਵੀਰੋ ਮਲਕ ਦੀ ਪੁੱਜੀ ਤੇ ਦੂਸਰੇ ਪਾਸੇ ਰਾਏਕੋਟ ਦੀ ਬੁੱਕਲ ਦੇ ਵਿੱਚ ਵਸਿਆ ਹੋਇਆ ਬੁਰਜ ਹਰੀ ਸਿੰਘ ਪਿੰਡ ਆਏ ਜੱਗੀ ਭੋਨਰ ਵਾਲਾ ਨੌਜਵਾਨ ਗੱਭਰੂ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਭੋਂਦਰ ਦੀ ਧਰਤੀ ਦਾ ਜੱਗੀ ਕਿ ਜਿਵੇਂ ਭਰਦੇ ਨੇ ਪੰਛੀ ਉਡਾਰੀ ਅਸਮਾਨਾਂ ਵਿੱਚ ਉਵੇਂ ਭਰਦੇ ਖਿਡਾਰੀ ਨੇ ਉਡਾਰੀ ਮੈਦਾਨਾਂ ਵਿੱਚ ਪਰਖੇ ਜਾਣੇ ਨੇ ਜੋਰ ਜਵਾਨਾਂ ਵਿੱਚ ਅੱਜ ਸਾਰਿਆਂ ਦੇ ਸਾਹਮਣੇ ਚੰਨ ਵਾਂਗੂ ਚਮਕੂਗਾ ਕਿਹੜਾ ਅੱਜ ਤਾਰਿਆਂ ਦੇ ਸਾਹਮਣੇ ਦੁਨੀਆਂ ਦੇ ਮਹਾਨ ਕਬੱਡੀ ਖਿਡਾਰੀ ਪੁੱਜੇ ਹੋਏ ਆ। ਲਓ ਹੈਪੀ ਨੌਜਵਾਨ ਮਲਕ ਦੀ ਧਰਤੀ ਦਾ ਕੋਸ਼ਿਸ਼ ਕਰ ਰਿਹਾ ਤੇ ਪੁਆਇੰਟ ਧਾਵੀ ਦਾ ਆਏ ਕਬੱਡੀ ਦਾ ਜਾਦੂਗਰ ਜਿਹੜਾ ਗਹਿਲਾਂ ਦੇ ਕਬੱਡੀ ਕੱਪ ਦਾ ਕਹਿੰਦੇ ਫੋਰ ਟਰੈਕਟਰ ਦਾ ਜੇਤੂ ਹੈ ਕੋਨੀ ਰਾਣੀ ਵਾਲੀ ਇਹਨੇ ਕਬੱਡੀ ਪਾਈ ਹੈ। ਉਧਰ ਹਰਵੀਰ ਸਿੰਘ ਜੀ ਅਯਾਲੀ ਮਨਪ੍ਰੀਤ ਸਿੰਘ ਜੀ ਅਯਾਲੀ ਜਿਨ੍ਹਾਂ ਦੀ ਕਹਿੰਦੇ ਇਸ ਕਬੱਡੀ ਕੱਪ ਦੇ ਲਈ ਬਹੁਤ ਵੱਡੀ ਦੇਣ ਹੈ ਉਹ ਵੀ ਕਹਿੰਦੇ ਸਾਡੇ ਦਰਮਿਆਨ ਹਰਵੀਰ ਸਿੰਘ ਜੀ ਅਯਾਲੀ ਸਟੇਜ ਤੇ ਬਿਰਾਜਮਾਨ ਨੇ। ਇੱਧਰ ਕਹਿੰਦੇ ਇਹ ਹੈ ਕਾਲਾ ਮੇਰੇ ਵੀਰੋ ਕਾਲਾ ਨੌਜਵਾਨ ਪਿਛਲੇ ਦਿਨੀ ਕੈਨੇਡਾ ਦੀ ਧਰਤੀ ਤੋਂ ਪੁੱਜਿਆ ਪਰ ਕਬੱਡੀ ਦਾ ਜਾਦੂਗਰ ਰਾਣੀ ਵਾਲੀ ਹੈ ਕੋਨੀ ਆਪਣੀ ਟੀਮ ਦੇ ਹਿੱਸੇ ਲੱਖਾਂ ਜਿਹਾ ਪੁਆਇੰਟ ਜੋੜਦਾ ਹੋਇਆ ਯਾਦ ਹੈ ਜਿਨ੍ਹਾਂ ਦੀ ਯਾਦ ਨੂੰ ਸਮਰਪਿਤ ਕੈਨੇਡਾ ਕਬੱਡੀ ਕੱਪ ਅੱਜ ਮੁੱਲਾਪੁਰ ਦੇ ਅੱਖਾਂ ਦੇ ਵਿੱਚ ਖੇਡਿਆ ਜਾ ਰਿਹਾ ਹੈ। ਸਵਰਗਵਾਸੀ ਸਰਪੰਚ ਇੰਦਰਜੀਤ ਸਿੰਘ ਜੀ ਖੈਰਾਵੇਟ ਤੇ ਸਵਰਗਵਾਸੀ ਮੱਖਣ ਸਿੰਘ ਜੀ ਯੂਐਸਏ ਜਿਨ੍ਹਾਂ ਦੀ ਵੀ ਇਸ ਕਬੱਡੀ ਕੱਪ ਦੇ ਲਈ ਵੱਡੀ ਦੇਰ ਰਹੀ ਹੈ। ਆ ਹਿੰਦਾ ਮਲਕ ਦੀ ਧਰਤੀ ਦਾ ਮੇਰੇ ਵੀਰੋ ਭਰੀਆਂ ਹੋਈਆਂ ਕਹਿੰਦੇ ਕੁੜ ਦੇ ਫੌਜੀ ਵਾਂਗੂ ਬਗਲਾ ਲਓ ਮੁਕਾਬਲਾ ਦੋਨੋਂ ਕਬੱਡੀ ਖਿਡਾਰੀਆਂ ਦੇ ਦਰਮਿਆਨ ਇਸ ਵੇਲੇ ਸਖ਼ਤ ਹੈ। ਬਲਦੇਵ ਸਿੰਘ ਜੀ ਬੀਰਮੀ ਉਹਨਾਂ ਦੇ ਵੀ ਅੱਜ ਦੇ ਇਸ ਕਬੱਡੀ ਕੱਪ ਦੇ ਲਈ ਬਹੁਤ ਵੱਡੇ ਯੋਗਦਾਨ ਨੇ ਉਹਨਾਂ ਦਾ ਵੀ ਅਸੀਂ ਧੰਨਵਾਦ ਕਰਦੇ ਹਾਂ। ਬਲਦੇਵ ਸਿੰਘ ਜੀ ਬੀਰਮੀ ਉਹਨਾਂ ਦੇ ਵੀ ਅੱਜ ਦੇ ਕਬੱਡੀ ਕੱਪ ਦੇ ਲਈ ਬਹੁਤ ਵੱਡੇ ਯੋਗਦਾਨ ਨੇ। ਸਰਦਾਰ ਪਰਮਰਾਜ ਸਿੰਘ ਜੀ ਉਮਰਾ ਨੰਗਲ ਪੰਜਾਬ ਪੁਲਿਸ ਦੀ ਬਹੁਤ ਹੀ ਸਤਿਕਾਰਯੋਗ ਸ਼ਖਸੀਅਤ ਹੈ ਜੋ ਪੁਲਿਸ ਕਮਿਸ਼ਨਰ ਨੇ ਲੁਧਿਆਣੇ ਦੇ ਉਹਨਾਂ ਨੇ ਵੀ ਅੱਜ ਦੇ ਕਬੱਡੀ ਕੱਪ ਦੇ ਲਈ ਵੱਡੇ ਯੋਗਦਾਨ ਪਾਏ ਹੈ ਜਿਹਨੇ ਪੰਜਾਬ ਪੁਲਿਸ ਦੇ ਸੀਨੀਅਰ ਆਫਿਸਰ ਔਰ ਪੁਲਿਸ ਫੋਰਸ ਪੁੱਜੀ ਹੋਈ ਹੈ ਸਾਰਿਆਂ ਦੇ ਅਸੀਂ ਇੰਦਰਜੀਤ ਸਿੰਘ ਜੀ ਮੁੱਲਾਪੁਰ ਉਹਨਾਂ ਦੀ ਤਰਫੋਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਆਏ ਪਿੱਠੋ ਵਾਲਾ ਸ਼ੀਰਾ 54 ਮੋਟਰਸਾਈਕਲਾਂ ਦਾ ਜੇਤੂ ਮੋਟਰਸਾਈਕਲ ਕਿੰਗ ਜਾਫੀ ਪਰ ਪੁਆਇੰਟ ਬੁਰਜ ਹਰੀ ਸਿੰਘ ਦਾ ਨੌਜਵਾਨ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਕਬੱਡੀ 365.com ਪੂਰੀ ਦੁਨੀਆ ਦੇ ਵਿੱਚ ਕਹਿੰਦੇ ਲਾਈਵ ਟੈਲੀਕਾਸਟ ਕੀਤਾ ਜਾ ਰਿਹਾ ਹੈ ਅੱਜ ਦੇ ਕਬੱਡੀ ਕੱਪ ਦਾ। ਲਓ ਜੱਗੀ ਨੌਜਵਾਨ ਭੋਨਰ ਵਾਲਾ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਇੱਕ ਕੰਨੀ ਤੇ ਕਹਿੰਦੇ ਕਾਲਾ ਲਓ ਜੱਸੇ ਨਾਲ ਮੁਕਾਬਲਾ ਹੋ ਗਿਆ ਮੇਰੇ ਵੀਰੋ। ਇਹ ਹੈ ਜੱਗੀ ਭੋਨਰ ਦੀ ਧਰਤੀ ਦਾ ਬਹੁਤ ਸੋਹਣਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਕਿ ਮੁੰਡੇ ਕੌਡੀ ਖੇਡਣ ਵੀ ਖੇਡਣ ਵਿੱਚ ਕਾੜਿਆ ਆ ਕੇ ਚਿਹਰੇ ਦਗਦੇ ਸ਼ੇਰਾਂ ਦੇ ਰੱਖਦੇ ਡੌਲਿਆਂ ਨੂੰ ਲਿਸ਼ਕਾ ਕੇ ਦੁਨੀਆ ਪਹੁੰਚ ਹੀ ਜਾਂਦੀ ਹੈ ਦੂਰੋਂ ਨੇੜੇ ਉਮਾ ਮਾ ਕੇ ਸਿੰਘ ਫਸਣੇ ਕੁੰਡੀਆਂ ਦੇ ਮਿੱਤਰੋ ਬਹਿ ਜਾਓ ਗੋਡੀ ਲਾ ਕੇ ਅੱਜ ਕੁੰਡੀਆਂ ਦੇ ਸਿੰਘ ਫਸਣ ਨਾਲੋਂ ਵੱਡੀ ਗੱਲ ਹੋਣੀ ਹੈ ਸਿਰੇ ਦੀ ਕਬੱਡੀ ਮੇਰੇ ਵੀਰੋ ਦੇਖਣ ਨੂੰ ਮਿਲਣੀ ਹੈ। ਅਗਲੇ ਮੈਚ ਦੀਆਂ ਟੀਮਾਂ ਨੂੰ ਵੀ ਮੇਰੀ ਬੇਨਤੀ ਹੈ ਵੀ ਉਹ ਟੀਮਾਂ ਜਲਦੀ ਨਾਲ ਤਿਆਰ ਹੋ ਕੇ ਖੇਡ ਮੈਦਾਨ ਦੇ ਵਿੱਚ ਪੁੱਜਣ। ਖਾਈ ਤੇ ਕਲਸੀਆਂ ਦੀਆਂ ਟੀਮਾਂ ਦੇ ਦਰਮਿਆਨ ਅਗਲਾ ਮੈਚ ਹੋਣਾ ਹੈ ਇਹ ਵੀ ਟੀਮਾਂ ਦੇ ਖਿਡਾਰੀ ਤਿਆਰ ਰਹਿਣਗੇ। ਜਨੇਤਪੁਰਾ ਤੇ ਰੌਣੀ ਚੂੜ ਚੱਕ ਤੇ ਦੌਦਰ ਇਹ ਵੀ ਟੀਮਾਂ ਦੇ ਪਲੇਅਰ ਆਪੋ ਆਪਣੇ ਮੈਚਾਂ ਦੇ ਅਨੁਸਾਰ ਖੇਡ ਮੈਦਾਨ ਦੇ ਵਿੱਚ ਪੁੱਜਦੇ ਜਾਣ। ਜਸਕਰਨ ਸਿੰਘ ਜੀ ਦਿਓਲ ਮਨੀ ਬੀਰਮੀ ਔਰ ਇਕਬਾਲ ਗਰੇਵਾਲ ਸੋਨੂ ਹੰਬੜਾ ਇਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ। ਸਾਰੇ ਵੀਰਾਂ ਨੇ ਰਲ ਮਿਲ ਕੇ ਅੱਜ ਵੱਡਾ ਯੋਗਦਾਨ ਜਿਹੜਾ ਇਸ ਕਬੱਡੀ ਕੱਪ ਦੇ ਲਈ ਪਾਇਆ ਹੈ ਔਰ ਇਸ ਵੇਲੇ ਨੌਜਵਾਨ ਗਗਨ ਮਲਕ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਤਿਆਰ ਹੈ। ਚਾਰ ਜਾਫੀ ਤਿਆਰ ਨੇ ਹੁਣ ਦੇਖਦਾ ਵੀ ਕਿਹੜੇ ਖਿਡਾਰੀ ਨਾਲ ਮੁਕਾਬਲਾ ਹੋਵੇਗਾ ਮੇਰੇ ਵੀਰੋ। ਨੌਜਵਾਨ ਧਾਵੀ ਦਾ ਬੋਲਿਆ ਹੈ ਧਾਵਾ ਹੈ ਜਾਫੀਆਂ ਨੇ ਠੱਲ ਪਾਉਣੀ ਮਿੱਤਰੋ ਕਿ ਧਾਵੀ ਕਹਿੰਦਾ ਉੱਡ ਉੱਡ ਪਾਊਂਗਾ ਕਬੱਡੀਆਂ ਹਿੱਕਾਂ ਲੱਤਾਂ ਬਾਹਾਂ ਵਿੱਚ ਤਾਕਤਾਂ ਨੇ ਵੱਡੀਆਂ। ਗੁਰਪ੍ਰੀਤ ਗੋਰੂ ਦਾ ਪਿੰਡ ਹੈ ਬੁਰਜ ਹਰੀ ਜਿਹੜਾ 25ਵੇਂ ਕੈਨੇਡਾ ਕੱਪ ਦਾ ਵੈਸ ਰਿਹਾ ਹੈ ਔਰ ਫੈਸਲਾ ਕੀ ਹੈ ਜਿੰਦਰਾ ਇਸ ਵੇਲੇ ਮਹਾਨ ਕਬੱਡੀ ਖਿਡਾਰੀ ਤੇ ਉੱਧਰ ਢੇਰੀ ਵਾਲਾ ਹੈ ਪੁਆਇੰਟ ਇਸ ਵੇਲੇ ਰੇਡਰ ਹੈ।
नवजीन गगन ने मलक की टीम के लिए पुआण का वादा कर दिता है। लाओ नवजीन इस वे कहते एक गंजा जिहा कौन चढ़ती उम्र का खिलाड़ी बुरज हरी सिंह का कबड्डी पा रहा हूं पिथों वाला है आ हुंदा मलक वाला भगवान सिंह रामू वाली का चंडा हुआ खिलाड़ी खेल मैदान ला तगड़ा जफा अपनी टीम के लिए पुआण का वादा करता हुआ जगी भूंदड़ कहते इस सीजन का कहते सिरे का स्टार है मेरे वीर कबड्डी पाने के लिए वाधा होया उधर तरन जोधा वाला साडा भरा भी विशेष तौर पर पुजा होया उस वीर ने भी कहते वड्डी जिम्मेवारी आई दे मेले की सांभी है गुरवीर उन्हां दा पंब उन्हां दा राणे उन्हां दा जोधा पिंड दा भी आई दे इस मेले के लिए वड्डा योगदान है किरणा नहीं पुज सकिया रजेवे विदेशों की धरती है मेरे वीर वो भी साडा वीर लाइव आनंद मार रहा है कि टीम बाबा जी इस मैच के मलक की टीम वीर जी जेतू रही है नोट कर लो मलक की टीम जेतू है अगला मैच जिहड़ा है कलसिया ते खाई दीआं टीमां दे दरम्यान खेडिया जाना है उधर गुरमेल सिंह बदनी वाला है उन्हें भी करतब किया दर्शकों की कचहरी में गेड़ा ला रहा है उहदा भी जरूर मान सम्मान करना है जसकरन दयाल कोमल बड़ैच गगन हलवारा सारे वीरां दा असीं धन्नवाद करदे हैं सनी दे यार जिन्ने भी गोपी उन्हें हर साल मेरे वीर वड्डा योगदान पाउंदे आ भरा लाओ इस वे मैच जरा खेल मैदान मेरे वीर शुरू हो जा रहा है कलसिया ते खाई दी टीमों के दरम्यान इधर मंदर जोधा वाला है यह भी इस सीजन के बल्ले बल्ले करवा रहा है छिड़क पिंड के कबड्डी कप तो इस नौजवान ने भी 4 ट्रैक्टर जीते हैं किंदी हुणी मीत वर्गे खिलाड़ी कहते खेल मैदान पुजे हुए है उधर लांडरा ने कबड्डी कप दे कहते जीप दे जेतू इंद्रजीत कलसिया वाला है ते नाल कहते राजा घोड़ा भी नौजवान खेल मैदान है उधर जसकरन सिंह दयाल जो मीत प्रधान ने ते किरणा जोधा प्रधान है इस कबड्डी कप का पाली विरक जी उन्हां दा उथे इंद्रजीत सिंह जी मुलापुर मुख प्रबंधक प्रबंध सिंह जी सेखो दाखा वाले दाखा फार्म एमपी ट्रैकिंग दे आज दे इस कबड्डी कप के लिए बहुत वड्डे योगदान ने उथे साडे वीर राजा नागपाल सिद्धमा बेट एडमिंटन तो उन्हां वल्लों भी कहिंदे दूसरा प्राइज जिहड़ा स्पोंसर किया गया है टीनू दयाल वैनकूवर तो नवराज दयाल वैनकूवर तो उन्होंने वीर ने भी अज के इस कबड्डी कप के लिए बड़े योगदान पाए है सारे का बहुत बहुत धन्यवाद है लवी सुखे दाखा वाले है समा सीमित है आप मैच जल्दी शुरू करवा दिया करिए क्योंकि पहला कबड्डी के मुकाबले उड़े हैं तो फिर पंजाबियों के दिलों की धड़कन पंजाबियों का मान खंट पिंड है जिदी दुनिया दीवानी है बच्चा बच्चा दीवाना है बब्बू मान इंद्रजीत सिंह मुलापुर किरने उन्होंने सनी उन्होंने भरावान तो वध के प्यार है बब्बू मान का अज हर साल पुजता है अज भी पुजेगा गल्ला होनगी है पूरी दुनिया को इंतजार है तो इस मैच का भी इंतजार पूरी दुनिया है मेरी वीर सिरे का मैच होना है इधर स्टेज वाली साइड टीम जी मेरे वीर वो पुज चुकी है खाई भी और दूसरे पासे टीम कहते कलसिया की है मेरी वीर दोनों टीमों के दरम्यान सिरे का मुकाबला है कि होन लगा मैच जी नूं साना वाला भेड़ कहते धावी जाफी का जिन्हों एड गेड़ कहते गुट फट टाइगर ने कैंची उदो लाउणी है चीते जंप एटमा ने कबड्डी जो पाउणी है लै भी मिंटू आखदा भी मंदर इस साल साडी टीम वालों ओंटारियो खालसा दरबार वालों खेडेगा लो सचे पातशाह मेहर करे भी इन्हों सारे ही खिडारियों के भी जे लग जान मिंटू सिविया हरमन चाल उन्होंने ऐलान करवाया है भी आ खिडारी इस साल साडी टीम वालों खेडेगा क्योंकि इस नौजवान ने सीजन बहुत तकड़िया कबड्डिया पाई है एक साल इंद्रजीत सिंह मुलापुर ने भी माण बख्शा है इस नौजवान को कनेडा की सैर करवाई है मंदर जोधा वाला इंद्रजीत जिन्हें भी जफे लावेगा मिंटू सिविया कहना भी 1000 के मान सम्मान दिए जाएंगे आ नौजवान खाई वाला दीपा के पत्तो दे कोल खाई सुनी दी खाई दे कोल दीना तै मन मोह लिया वे कबड्डी का शकीना एक इंद्रजीत फुल्लां वाली महान कबड्डी खिलाड़ी हुए है
ਤੇਕਿੰਦਰਜੀਤ ਤੇਕਿੰਦਰਜੀਤ ਸਿੰਘ ਜੀ ਮੁੱਲਾਪੁਰ ਜੋ ਅੱਜ ਕੈਨੇਡਾ ਕਬੱਡੀ ਕੱਪ ਦੇ ਮੁੱਖ ਪ੍ਰਬੰਧਕ ਨੇ ਮੇਰੇ ਵੀਰਿਓ ਲਾਓ ਇਹ ਹੈ ਕਹਿੰਦੇ ਸਰਪੰਚ ਇੰਦਾ ਸਰਪੰਚ ਨੱਥੋ ਏੜੀ ਵਾਲਾ ਮੇਰੇ ਵੀਰਿਓ ਟੇਕਦਾ ਹੋਇਆ ਧਰਤੀ ਮਾਂ ਨੂੰ ਮੱਥਾ ਉਧਰ ਕਾਲਖ ਵਾਲਾ ਕਹਿੰਦੇ ਗੰਜਾ ਹੈ ਤੇ ਦੂਸਰੀ ਕੰਨੀ ਤੇ ਕੋਟ ਭਾਈ ਦਾ ਮੋਨੋ ਹੈ ਜਿਹਨੂੰ ਮੋਨੋ ਦਿੱਲੀ ਵਾਲਾ ਵੀ ਆਖਦੀ ਹੈ ਦੁਨੀਆ ਹੈ ਕਿਉਂਕਿ ਇਹਦਾ ਜਿਹੜਾ ਪਿਛੋਕੜ ਹੈ ਪਰਿਵਾਰ ਦਿੱਲੀ ਤੋਂ ਆਇਆ ਕੋਟ ਭਾਈ ਪਿੰਡ ਹੈ ਆਹ ਜਾਫੀ ਵੀ ਕਮਾਲ ਦਾ ਕਹਿੰਦੇ ਕਾਲਕ ਵਾਲਾ ਗੰਜਾ ਪਰ ਇੰਦਾ ਨੱਥੋ ਏੜੀ ਵਾਲਾ ਕਲਸੀਆਂ ਦੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰਦਾ ਹੋਇਆ ਮੀਤ ਖਾਈ ਵਾਲਾ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਨੌਜਵਾਨ ਤਿਆਰ ਹੈ ਕਿ ਰਣ ਜਿੱਤਣ ਨੂੰ ਸੋਰ ਮਾਰੇ ਹਰਦਮ ਲੋਕੋ ਤਿਆਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾਂ ਕਰਜੇ ਵਾਰ ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾਂ ਕਰਜੇ ਵਾਰ ਲਾ ਮੀਤ ਲਈ ਕਹਿੰਦੇ ਪੁਆਇੰਟ ਇਸ ਲਈ ਆਪਣੀ ਟੀਮ ਦੇ ਲਈ ਖਾਈ ਦੀ ਟੀਮ ਦੇ ਲਈ ਜੋੜ ਦਿੱਤਾ ਪ੍ਰਵੰਤ ਸਿੰਘ ਜੀ ਸੇਖੋ ਮੈਂ ਵੇਖ ਲਿਆ ਵੀ ਆਏ ਹੋਏ ਐਡਮਿੰਟਨ ਤੋਂ ਜਦੋਂ ਐਡਮਿੰਟਨ ਦੇ ਵਿੱਚ ਮੈਚ ਹੁੰਦੇ ਆ ਤੇ ਫਿਰ ਕਹਿੰਦੇ ਦਾਖਾਂ ਦੇ ਭਰਾ ਹਜ਼ਾਰ ਹਜ਼ਾਰ ਡਾਲਰ ਵੀ ਇੱਕ ਕਬੱਡੀ ਤੇ ਲਾ ਦਿੰਦੇ ਆ ਬਹੁਤ ਬਹੁਤ ਧੰਨਵਾਦ ਹੈ ਕਬੱਡੀ ਦੇ ਸ਼ਦਾਈ ਹੈ ਪ੍ਰਿਤਪਾਲ ਸਿੰਘ ਇੰਨੇ ਹੀ ਪੁੱਛ ਸਕੇ ਪ੍ਰਵੰਤ ਸਿੰਘ ਜੀ ਵਿਸ਼ੇਸ਼ ਤੌਰ ਤੇ ਆਏ ਹੈ ਇਹਨਾਂ ਦਾ ਧੰਨਵਾਦ ਹੈ ਸਾਹਮਣੇ ਮੰਦਰ ਜੋਧਾ ਵਾਲਾ ਇੱਕ ਗਾਲਵ ਦਾ ਮੰਦਰ ਕਹਿੰਦੇ ਤਕੜੀ ਕਬੱਡੀ ਖੇਡਿਆ ਤੇ ਆਹ ਨੌਜਵਾਨ ਗੰਜਾ ਕਾਲਖ ਦੀ ਧਰਤੀ ਦਾ ਮੰਦਰ ਜੋਧਾ ਪਿੰਡ ਦਾ ਮੇਰੇ ਵੀਰੋ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਦਰਸ਼ਕ ਵੀਰ ਜਿੱਥੇ ਵੀ ਜਗ੍ਹਾ ਮਿਲ ਰਹੀ ਹੈ ਐਨ ਟਿਕ ਟਿਕੀ ਲਗਾਏ ਆਨੰਦ ਮਾਰ ਰਿਹਾ ਬੜਾ ਸ਼ਾਂਤਮਈ ਮਾਹੌਲ ਹੈ ਕਬੱਡੀ ਦਾ ਪੂਰਾ ਇੰਜੋਏ ਕੀਤਾ ਜਾ ਰਿਹਾ ਹੈ ਪੰਜਾਬੀਆਂ ਦੀ ਮਾਂ ਖੇਡ ਹੈ ਕਿ ਆਉਂਦਾ ਹੈ ਸਵਾਦ ਪੰਜਾਬੀਆਂ ਨੂੰ ਕਬੱਡੀ ਦੇ ਕੇ ਦਰਸ਼ਕ ਮਾਰਦੇ ਨੇ ਤਾੜੀਆਂ ਧਾਵੀ ਜਦੋਂ ਪਾਉਂਦਾ ਰੇਡ ਮੱਥਾ ਟੇਕ ਕੇ ਲੱਗ ਜਾਵੇ ਵਧੀਆ ਜੱਫਾ ਤੇ ਦੁਨੀਆ ਪੈਂਦੀ ਨੱਚ ਮਿੱਤਰੋ ਕਬੱਡੀ ਖੇਡ ਹੈ ਪੰਜਾਬੀਆਂ ਦੀ ਮਾਂ ਇਹ ਗੱਲ 16 ਨੇ ਸੱਚ ਮਿੱਤਰੋ ਕਬੱਡੀ ਖੇਡ ਹੈ ਪੰਜਾਬੀਆਂ ਦੀ ਮਾਂ ਇਹ ਗੱਲ 16 ਨੇ ਸੱਚ ਮਿੱਤਰੋ ਲਓ ਇੰਦਾ ਸਰਪੰਚ ਫਿਰ ਕਬੱਡੀ ਪਾਉਣ ਦੇ ਲਈ ਨੌਜਵਾਨ ਵਾਧਾ ਹੋਇਆ ਇਧਰ ਨੌਜਵਾਨ ਮੋਨੂ ਮਾਰਦਾ ਪੱਟਾ ਤੇ ਥਾਪੀਆ ਨਾਲ ਕਹਿੰਦੇ ਗੰਜਾ ਕਾਲਖ ਦੀ ਧਰਤੀ ਦਾ ਹੁਣ ਵੇਖਦਾ ਵੀ ਕਿਹੜੇ ਨੌਜਵਾਨ ਦੇ ਨਾਲ ਮੁਕਾਬਲਾ ਹੋਵੇਗਾ ਗੱਲ ਸਮੇਂ ਦੀ ਹੈ ਢੇਰੀ ਵਾਲੇ ਨੇ ਕਹਿੰਦੇ ਇਸ਼ਾਰਾ ਕਰ ਦਿੱਤਾ ਵੀ ਇਹ ਪੁਆਇੰਟ ਜਿਹੜਾ ਧਾਵੀ ਦੇ ਹਿੱਸੇ ਜੁੜਦਾ ਹੋਇਆ ਅਗਲੀ ਕਬੱਡੀ ਪਾਉਣ ਦੇ ਲਈ ਦੀਪਾ ਮੇਰੇ ਵੀਰੋ ਖਾਈ ਵਾਲਾ ਦੀਪਾ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ ਇੱਕ ਕੰਨੀ ਤੇ ਕਹਿੰਦੇ ਜੁੰਟੀ ਹੈ ਨਾਲ ਰਾਜਾ ਘੋੜਾ ਤੇ ਨਾਲ ਜੋਧਾ ਪਿੰਡ ਦਾ ਕਿੰਦੀ ਹੈ ਤੇ ਨਾਲ ਕਹਿੰਦੇ ਇੰਦਰਜੀਤ ਹੈ ਮਿੰਟੂ ਸਿਵਿਆ ਕਹਿੰਦਾ 1000 ਦਾ ਜਫਾ ਲੱਗੇਗਾ ਲਓ ਸਾਹਮਣੇ ਜੁੰਟੀ ਦੇ ਨਾਲ ਪੰਗਾ ਪੈ ਗਿਆ ਤੇ ਪੁਆਇੰਟ ਦੀਪਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ ਅਗਲੇ ਮੈਚ ਦੀਆਂ ਟੀਮਾਂ ਦੇ ਲਈ ਵੀ ਮੇਰੀ ਬੇਨਤੀ ਹੈ ਅਗਲੇ ਮੈਚ ਦੀਆਂ ਟੀਮਾਂ ਜਨੇਤਪੁਰਾ ਤੇ ਰੌਣੀ ਇਹ ਟੀਮਾਂ ਤਿਆਰ ਰਹਿਣ ਜਨੇਤਪੁਰਾ ਤੇ ਰੌਣੀ ਲਓ ਮੰਦਰ ਜੋਧਾ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਨੌਜਵਾਨ ਵਾਧਾ ਹੋਇਆ ਚਿੜਕਦੇ ਕਬੱਡੀ ਕੱਪ ਦਾ ਕਹਿੰਦੇ ਫੋਰ ਟਰੈਕਟਰ ਦਾ ਜੇਤੂ ਹੈ ਕਿਰਨੇ ਦਾ ਪੇਂਡੂ ਕਹਿੰਦੇ ਨੌਜਵਾਨ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਮੋਹਣੀ ਜੋਧਾ ਉਹਨਾਂ ਦੀ ਵੱਡੀ ਦੇਣ ਹੈ ਖੇਡ ਕਬੱਡੀ ਨੂੰ ਔਰ ਸਾਹਮਣੇ ਇਸ ਵੇਲੇ ਨੌਜਵਾਨ ਧਾਵੀ ਮੰਦਰ ਜੋਧਾ ਵਾਲਾ ਆਪਣੀ ਟੀਮ ਦੇ ਹਿੱਸੇ ਲੱਖਾਂ ਜਿਹਾ ਪੁਆਇੰਟ ਜੋੜਦਾ ਹੋਇਆ ਅਗਲੀ ਕਬੱਡੀ ਕਹਿੰਦੇ ਮੀਤ ਖਾਈ ਵਾਲਾ ਖਾਈ ਦਾ ਮੀਤ ਕਹਿੰਦੇ ਕਬੱਡੀ ਪਾ ਰਿਹਾ ਮੇਰੇ ਵੀਰੋ ਹੁਣ 4 ਜਾਫੀ ਤਿਆਰ ਨੇ ਸਿਰੇ ਦਾ ਮੈਚ ਹੈ ਲਓ ਕਿੰਨੀ ਨੌਜਵਾਨ ਜੋਧਾ ਪਿੰਡ ਦਾ ਮਾਣਕ ਜਿਸ ਪਿੰਡ ਦਾ ਮਹਾਨ ਖਿਡਾਰੀ ਹੈ ਔਰ ਉਸੇ ਪਿੰਡ ਦਾ ਕਿੰਨੀ ਤੇ ਪੁਆਇੰਟ ਇਸ ਵੇਲੇ ਨੌਜਵਾਨ ਮੀਤ ਆਪਣੀ ਟੀਮ ਦੇ ਲਈ ਜੋੜਦਾ ਹੋਇਆ ਇਹਦਾ ਸਰਪੰਚ ਫਿਰ ਕਬੱਡੀ ਪਾਉਣ ਦੇ ਲਈ ਤਿਆਰ ਹੈ ਉਧਰ ਅਮਰੂ ਜਨੇਤਪੁਰੇ ਵਾਲਾ ਹੈ ਉਹ ਵੀ ਕਹਿੰਦੇ ਆਪਣੀ ਟੀਮ ਨੂੰ ਲੈ ਕੇ ਪੁੱਜ ਚੁੱਕਿਆ ਹੈ ਇਧਰ ਨੌਜਵਾਨ ਇੰਨੇ ਨੇ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਦਿੱਤੀ ਹੈ 4 ਜਾਫੀਆਂ ਵਿੱਚ ਹੁਣ ਕਿਹੜੇ ਖਿਡਾਰੀ ਨਾਲ ਮੁਕਾਬਲਾ ਹੋਵੇਗਾ ਗੱਲ ਸਮੇਂ ਦੀ ਹੈ ਮੇਰੀ ਵੀਰੋ 30 ਸਕਿੰਟਾਂ ਦੀ ਕਬੱਡੀ ਹੈ ਉਧਰ ਸਰਦਾਰ ਹਰਵੀਰ ਸਿੰਘ ਜੀ ਅਜਾਲੀ ਉਹ ਵੀ ਆਨੰਦ ਮਾਰ ਰਿਹਾ ਹੈ ਵੱਡੀ ਦੇਣ ਅੱਜ ਦੇ ਇਸ ਕਬੱਡੀ ਕੱਪ ਦੇ ਲਈ ਲਓ ਸਾਹਮਣੇ ਇਹ ਹੈ ਕੋਟ ਭਾਈ ਵਾਲਾ ਕਹਿੰਦੇ ਮੋਨੂ ਲਾਉਂਦਾ ਹੋਇਆ ਜਫਾ ਇਹਨਾਂ ਦੋਨੋਂ ਖਿਡਾਰੀਆਂ ਦੇ ਦਰਮਿਆਨ ਮੁਕਾਬਲਾ ਹੈ ਜੇ ਤਾਂ ਮੈਚ ਦਾ ਸਵਾਦ ਆ ਰਿਹਾ ਤਾੜੀ ਮਾਰ ਦਿਓ ਦਰਸ਼ਕ ਵੀਰੋ ਬਹੁਤ ਵਧੀਆ ਮੈਚ ਜਿਹੜਾ ਹੈ ਚੱਲ ਰਿਹਾ ਹੈ ਠੰਡ ਦਾ ਮੌਸਮ ਹੈ ਦਰਸ਼ਕ ਲੋਈਆਂ ਲੈ ਕੇ ਐਨ ਆਨੰਦ ਮਾਰ ਰਿਹਾ ਮੁੱਲਾਪੁਰ ਦਾਖਾਂ ਦੇ ਵਿੱਚ ਰੌਣਕਾਂ ਵੱਡੀਆਂ ਲੱਗੀਆਂ ਹੋਈਆਂ ਕੈਨੇਡਾ ਕਬੱਡੀ ਕੱਪ ਖੇਡਿਆ ਜਾ ਰਿਹਾ ਹੈ ਜਿਸ ਕੱਪ ਦਾ ਦੁਨੀਆ ਦੇ ਵਿੱਚ ਵੱਖਰਾ ਹੀ ਨਾਂ ਹੈ ਮੇਰੇ ਵੀਰੋ ਲਓ ਸਾਹਮਣੇ ਇਹ ਹੈ ਇੰਦਰਜੀਤ ਨੌਜਵਾਨ ਆਓ ਕਲਸੀਆ ਵਾਲਾ
ویکھو سامنے یہ ہے ابھی میرے ویرو ابھی نوجوان جودھا والا اکھلا جا ماجری والا ہے ماں نے کہندے ترن نو لاؤ مندر اگلی کبڈی پاؤن دے لئی پھر تیار ہے مندر جودھا والا ہے کہندے کبڈی پا رہے ہیں چار جافیوں میں جو دیکھنا بھی انہیں کیڑا کھڑاری لا کے جفا اپنی ٹیم دلی لکھا جا پوائنٹ جوڑے گئے گل سمیں دی ہے تاوی دا بولا ہے تابا جافیوں نے ٹھل پاؤنی مترو لا مونو کوٹ پائی دی ترتی دا لگیا پہ یور دونوں کھڑاریوں نے درمیان کیمرے فوکس ہے اور سما بیت گیا ہے ناوین مونو دا کہنے کھیڑ مدان دے وچ تکڑا جفا لگیا ہے کوٹ پائی والے دا ہے سرے دا میچ کہندے دونوں ٹیمہ دے درمیان چر رہے ہیں اس ویلے کہندے کبڈی نوجوان دیپا کھائی پنڈا نال کہندے دینہ صاحب ہے جتھو دا گاگو اور پیمے برگے مہان ہوئے ہیں تے آئے نوجوان اندرجیت اندرجیت کلسیاں دی ترتی دا لاؤ بلے 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 اور سوان آگیا ہوئے نوجوان ہے پوائنٹ نوجوان تاوی دیپے نے اپنی ٹیم دلی یور دیتا ہے اس لئے رکی جیڑے کھڑاری ایک جگہ نا بارما پوڑ پلیز تھوڑا سائیڈ تے کیونکہ درشکن اونند لینڈ دے کبڈی دا ہے دنیا بڑی دور ہلو ہلو ساڑے بچ بہت ہی مہان شخصیت سنت بابا لکھا سنگ جی پہنچے نے انہاں دے اتھے عورتے انہاں دا جی آیا کر دے ہاں سموہ پروانے کی کمیٹیوں نے بینٹی کر دیا تھے انہوں نے آؤ پاکت کرنا سنت بابا لکھا سنگی نانک سر والے ہوئی ساڑھے درمیان آئی دے اس کبڈی کپ تے پوجی ہے سردار اندر جی سنگی ملہ پرونا بلو سموچی پربندگی کمیٹی کنیڈا کبڈی کپ دے کرنا جودہ پردان جس کرن سنگ دیول میت پردان سنو امڈا ہونا بلو پالی ورک ہونا بلو جیانو آکھ دے ہے لاؤ ملہ پر داکھا دے وچے کہنے ہیں جنہا ان کا ہے جدر بھی دیکھ رہے ہیں بھی این رنگ پاگ لگے پائے ہیں لاؤ ناوین ناوین کہنے انہا سرپنچ میرے ویڈیو گنجا کال کھوارا او جیدہ سوار آرہا للکارا کھل کے مار دے لاؤ اس لئے نوجوان گنجے دا کہنے جفا ہے دنیا کبڈی دیکھنا ہوندی ہے تے سواد جدو ایڈا بڈا میلا ہوئے تے رنگ بڑے پر جاندے ہیں لاؤ ابھی انہیں کبڈی پا دیتی ہے سمچی پربندگی کمیٹی دا بہت اور تانمہ دا ویس سیڈر تے جافی نو آج موٹر سائیکل دتے جا رہے ہیں میرے ویرو اے جونٹی تے ابھی نے درمیان بنگا پائیا لاؤ بلے 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 سواد کبڈی دا ہے باوے نوجوان ہے درشک پورے خوش ہے یہ تے دوسرے راؤڈ دا مقابلہ ہے او جے میچ ولیا لگیا تے ایک للکارا کھل کے مار دے درشک ویرو بہت تکڑا بابا جی پوائنٹ آپ دسنے ہیں کیونکہ میچ بڑا فسما میچ کھیڈیا گیا ہے کلسیوں نے پوائنٹ نے ساڑھے سات تے کھائی دے پوائنٹ نے گیارہ کھائی دی ٹیمیں سمائی دی جیتو ٹیم رہی ہے ادھر پربند سنگھ جی سیکو داکھا مالے کھیڑ میدان دے وچ پجیا جنہاں بلو پہلا پرائز سپانسر کیتا گیا ہے ہلو اسی بہت ہی دھنوادی ہیں کرم جی سنگھ کالا امن جی گڑکھور دے کیلگری تو اندر جی سنگھ کوکے کیلگری تو نرمل سنگھ تالیوار اجیت پرنید ملہ پر داکھا تو پرتبال سنگھ داکھا اڈمنٹر گگن گریوار داد سمندر سنگھ گریوار راجہ ناغبال اڈمنٹر تو سکھوندر سنگھ سیلوانی سکتر یوتھ کالی دل کنیڈا لاؤ اس لئے میں جیڑا اگلا شروع کرواتا جاوے دونوں ٹیمہ لائن اپ ہو جان کھڑاریوں نے شیر بات دین دلی سنت بابا لکھا سنگی نانک سر والے سردار ہرویر سنگی ایالی انہوں نے ڈی ایس پی صاحب نے میری بینتی ابھی اکھیڑ مدان دے وچ پوجنگی سنت بابا لکھا سنگ جی نانک سر والے ٹیمہ نو بینٹی آکے لائنہ پہنچن جلدی تو جلدی میری بینٹی گگن اونا نو گوپی اونا نو گوپی برج اونا نو پلیز
स्टेज तो आप सत्कारयोग शिक्षितों नूं नाल लैके खेड मैदान दे विच पुजिए। दोनों टीमां लाइनअप कर लो जी। अमन झिंगर साडा वीर कैलगरी तो इंद्रजीत कौके कैलगरी तो उन्होंने बहुत वड्डे योगदान है। कुलदीप सिंह प्रबंधक कमेटी को बेनती करते हैं कि वह संत बाबा लखा सिंह जी अपने नाल लेके टीमां दे नाल इंटरव्यू करवाउण। दोनों टीमां प्लीज लाइनअप कर लो जी। अंपायर साहब दोनों टीमां लाइनअप करो। बहुत ही सत्कारयोग संत बाबा लखा सिंह जी नानकसर वाले नाल हरवीर सिंह जी अयाली साहब डीएसपी साहब इंद्रजीत सिंह जी मुलापुर मुख प्रबंधक कनेडा कबड्डी कप दे सोनू अंबड़ा जी प्रबंध सिंह जी सेखो और नाल गोपी बुरजोनी साडे सारे सत्कारयोग वीर इसलिए खिडारियों नूं आशीर्वाद देने दे लई खेड मैदान दे विच पुजे है। संत बाबा लखा सिंह जी नानकसर वाले इसलिए खिडारियों नूं आशीरवाद देने दे लई इह जनेतपुरे की टीम जनेतपुरे के खिडारी है ते दूसरे पासे राउणी की टीम है। दोनों टीमों नूं आशीरवाद दिता जा रहा है। हरवीर सिंह जी अयाली डीएसपी साहब का भी बहुत बहुत धन्यवाद है। इधर आशीर्वाद दिता जा रहा है। इधर राउणी की टीम है जी संत बाबा लखा सिंह जी हरवीर सिंह जी अयाली इंद्रजीत सिंह जी मुलापुर मुख प्रबंधक पाली बिरक जी नहीं पुछ सके कैलगरी तो किरना जोधा वाला प्रधान कनेडा कबड्डी कप का उस वीर का भी बहुत बहुत धन्यवाद है। यादगारी तस्वीर होगी कनेडा कबड्डी कप मुलापुर दाखा दे विच खेडिया जा रहा है। बड़िया रौनक लगी हुई है। एन आर आई वीर कहते विदेशों की धरती तो पुजे हुए है इस कबड्डी कप नूं करवाउण दे लई ते दुनिया के महान कबड्डी खिडारी अज इन्हां खेड ग्राउंडां दे विच तुसीं देख रहे हो। फाइनल मैच तो बाद सामने स्टेज तो कहिंदे खंट वाले मान दा खुला कड़ा लगेगा। हाँ भी गगन की हुक्म है नौजवान है। इस तो बाद बाबा जी का विशेष तौर पर संत बाबा लखा सिंह जी का मान सम्मान किया जाएगा। बहुत ही सत्कारयोग शख्सियत साढ़े दरम्यान विशेष तौर पर आए हैं। सम्मान मेरी बेनती है गगन उन्होंने भी वह सम्मान ले आउण ताकि बाबा जी का जिहड़ा है वह सम्मान किया जा सके। असीं कैमरे वाले वीरां नूं बेनती करते हैं कि वह सैरेमनी स्टेज के कोल आ के इस चेयरमैन गुरदीप सिंह जी भगे उन्हां दा भी धन्यवाद है। बाबा जी दस रहे भी यह सारा जिहड़ा कनेडा कबड्डी कप का लाइव ते नहीं चल सकता। आने वाले दिनों दे विच फास्ट वे ते 400 नंबर चैनल दे उपर ये सारा प्रोग्राम जिहड़ा लाइव किया जाएगा। संत बाबा लखा सिंह जी उन्हां दा सम्मान होगा। उत्थे गुरसिमरन गरेवाल रमन गरेवाल शमिंदर गरेवाल ते गुरवीर गरचा इन्हां वीरां ने भी कहिंदे अज दे इस मेले दे लई कनेडा कप दे लई वड्डे योगदान ने। इधर कहिंदे रोड वाली साइड राउणी की टीम है ते दूसरे पासे जनेतपुरा दोनों टीमों के दरम्यान मैच की शुरुआत हो चुकी है। अगले मैच दीआं टीमां भी जिहड़ियां तैयार रहन। अगला मैच दादर ते चूड़चक दादर ते चूड़चक दीआं टीमां तैयार रहन अगले मैच दे लई। लाओ दिलप्रीत कहिंदे राउणी वाला आए नौजवान मनजिंदर सिंह बोटा कौंकिया का प्रपाण दिलप्रीत राउणी वाले गभरू ने अपनी टीम के लिए जोड़ दिता है। आए भदौड़ बोले श्री अकाल लाओ सामने इस वेले डौली अलकड़े पिंड है भदौड़ दे लागे इस नौजवान का उधर नौजवान याफी राउणी वाला पूरी कोशिश करता है पर पॉइंट धावी का उधर बाबा जी का विशेष तौर पर सम्मान किया गया है। और कबड्डी के मैच भी सिरे दे है खैरे पिंड है कहते इस नौजवान है हुशियार सिंह उन्हों का पिंड है और कहते पप्पी खैरिया वाले का बड़ा नाम है कबड्डी जग दे भी दुनिया का मान जाफी वह भी एडमिंटन की धरती से वसदा पुजा पंजाब की धरती से आ जाफी दुनिया के चीड़े जाफिया के तौर पर जाने जाता है। यह है कि अमरू बगीचा जाफी कहरे जे शरीर के
ਕਰਦੇ ਵਾਰ ਧਾਵੀ ਉੱਤੇ ਬਾਂਗ ਤਿੱਖੇ ਤੀਰਾਂ ਦੇ। ਅਮਰੂ ਕਹਿੰਦੇ ਜਨੇਤਪੁਰੇ ਵਾਲਾ ਖੇਡ ਮੈਦਾਨ ਦੇ ਵਿੱਚ ਮੇਰੇ ਵੀਰੋ ਜੱਫਾ ਲਾ ਕੇ ਆਪਣੀ ਟੀਮ ਦੇ ਲਈ ਪਾਉਣ ਦਾ ਵਾਅਦਾ ਕਰਦਾ ਹੋਇਆ। ਆ ਖਿਡਾਰੀ ਦਾ ਕਹਿੰਦੇ ਜਲਾਲ ਪਿੰਡ ਹੈ ਮੇਰੇ ਵੀਰੋ, ਕੁਲਦੀਪ ਮਾਨਕਾ ਪਿੰਡ ਉਸੇ ਪਿੰਡ ਦੇ। ਕਹਿੰਦੇ ਅਜਮੇਰ ਦਾ ਕਬੱਡੀ ਦੇ ਵਿੱਚ ਨਾਂ ਚੱਲਦਾ, ਬੱਬੂ ਵਰਗੇ ਮਹਾਨ ਕਬੱਡੀ ਖਿਡਾਰੀ ਰੁਪਿੰਦਰ ਦੀ ਗੱਲ ਹੁੰਦੀ ਹੈ ਕਬੱਡੀ ਦੀ ਕਮਿਊਨਿਟੀ ਦੇ ਖੇਤਰ ਦੇ ਵਿੱਚ, ਤੇ ਪੁਆਇੰਟ ਇਸੇ ਲਈ ਗਗਨ ਜਲਾਲ ਪਿੰਡ ਦਾ ਆਪਣੀ ਟੀਮ ਦੇ ਹਿੱਸੇ ਜੋੜਦਾ ਹੋਇਆ। ਗੁਰਵੀਰ ਕੈਲ, ਸ਼ਮਿੰਦਰ ਗਰੇਵਾਲ, ਰਮਨ ਗਰੇਵਾਲ, ਗੁਰਸਿਮਰਨ ਗਰੇਵਾਲ, ਇਹਨਾਂ ਵੀਰਾਂ ਦੇ ਵੀ ਬਹੁਤ ਵੱਡੇ ਯੋਗਦਾਨ ਨੇ। ਕੋਮਲ ਬੜੈਚ ਹੁਣੀ ਸਾਡੇ ਵੀਰ ਵੱਡੇ ਪ੍ਰਬੰਧ ਕੀਤੇ ਹੈ। ਗੁਰਵੀਰ ਜੋਧਾ ਵਾਲਾ ਵੀ ਪੁੱਜਿਆ ਹੋਇਆ ਹੈ, ਕਿਰਨੇ ਦਾ ਵੀਰ, ਉਸ ਵੀਰ ਦਾ ਵੀ ਧੰਨਵਾਦ ਕਰਦੇ ਹੈ। ਤੇ ਸਾਹਮਣੇ ਦਿਲਪ੍ਰੀਤ ਰੌਣੀ ਵਾਲਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਉਧਰ ਦੇਖਦਾ ਵੀ ਨੌਜਨ ਨਿੱਕੇ ਨੂੰ ਟੱਚ ਕਰਕੇ ਨੌਜਨ ਦਿਲਪ੍ਰੀਤ ਰੌਣੀ ਵਾਲਾ ਆਪਣੀ ਟੀਮ ਦੇ ਹਿੱਸੇ ਲੱਖਾਂ ਜਿਹਾ ਪੁਆਇੰਟ ਜੋੜਦਾ ਹੋਇਆ। ਅਗਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਦੌਲੀ ਅਲਕੜਿਆਂ ਵਾਲਾ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਲਓ ਚਾਰ ਜਾਫੀ ਤਿਆਰ ਨੇ ਕਿ ਆ ਗਿਆ ਖਿਡਾਰੀ, ਦੇਖੋ ਖਿੱਚ ਕੇ ਤਿਆਰੀਆਂ ਮਿਹਨਤਾਂ ਦੇ ਨਾਲ ਯਾਰੋ ਬਾਡੀਆਂ ਸ਼ਿੰਗਾਰੀਆਂ, ਲੱਗੂਗਾ ਮੈਦਾਨ ਵਿੱਚ ਜ਼ੋਰ ਚੋਟੀ ਅੱਡੀ ਦਾ, ਕੌਡੀ ਤੋਂ ਹੀਰਾ ਬਣ ਜੇ ਜਿਹਨੂੰ ਲੱਗ ਜੇ ਕਬੱਡੀ ਦਾ। ਐਨ ਚਾਰ ਛਪੇਰਾ ਜਿਹੜਾ ਭਰਿਆ ਪਿਆ ਮੇਰੇ ਵੀਰੋ ਸਟੇਜ ਤੇ, ਬਹੁਤ ਸਤਿਕਾਰਯੋਗ ਸ਼ਖੀਤਾ ਹੈ ਵਿਦੇਸ਼ਾਂ ਦੀ ਧਰਤੀ ਤੋਂ, ਤੇ ਦਰਸ਼ਕ ਕਹਿੰਦੇ ਪੰਜਾਬ ਦੇ ਹਰ ਇੱਕ ਜ਼ਿਲ੍ਹੇ ਤੋਂ ਅੱਜ ਇਸ ਕੈਨੇਡਾ ਕਬੱਡੀ ਕੱਪ ਨੂੰ ਦੇਖਣ ਦੇ ਲਈ ਪੁੱਜੇ ਹੋਏ ਹੈ। ਸਰਦਾਰ ਪਰਮਰਾਜ ਸਿੰਘ ਜੀ, ਉਮਰਾਂ ਨੰਗਲ, ਉਹਨਾਂ ਦੇ ਵੱਡੇ ਯੋਗਦਾਨ ਨੇ ਅੱਜ ਦੇ ਇਸ ਕਬੱਡੀ ਕੱਪ ਦੇ, ਵੱਡੇ ਪਿਆਰ ਹੈ ਇੰਦਰਜੀਤ ਸਿੰਘ ਮੁੱਲਾਪੁਰ ਉਹਨਾਂ ਦੇ ਨਾਲ। ਜਦੋਂ ਉਮਰਾਂ ਨੰਗਲ ਦੇ ਵਿੱਚ ਕਬੱਡੀ ਕੱਪ ਹੁੰਦਾ ਹੈ ਤੇ ਉਸ ਕਬੱਡੀ ਕੱਪ ਦੇ ਲਈ ਵੀ ਇੰਦਰਜੀਤ ਸਿੰਘ ਜੀ ਮੁੱਲਾਪੁਰ ਵੱਡੇ ਯੋਗਦਾਨ ਪਾਉਂਦੇ ਹੈ। ਲਓ ਅੱਜ ਮੁੱਲਾਪੁਰ ਦੇ ਵਿੱਚ ਕਬੱਡੀ ਕੱਪ, ਗਗਨ ਜਲਾਲ ਪਿੰਡ ਦਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਚਾਰ ਜਾਫੀ ਤਿਆਰ ਨੇ, ਹੁਣ ਚੌ ਦੇ ਵਿੱਚੋਂ ਵੇਖਦਾ ਵੀ ਪੰਗਾ ਪੈ ਗਿਆ ਤੇ ਲੱਗ ਗਿਆ ਜਫਾ, ਪੁਆਇੰਟ ਰੌਣੀ ਦੀ ਟੀਮ ਦੇ ਹਿੱਸੇ ਐਡਜਸਟ ਹੁੰਦਾ ਹੋਇਆ। ਦਿਲਪ੍ਰੀਤ ਰੌਣੀ ਵਾਲਾ ਕਹਿੰਦੇ ਅਗਲੀ ਕਬੱਡੀ ਪਾਉਣ ਦੇ ਲਈ ਨੌਜਨ ਫਿਰ ਤਿਆਰ ਹੈ ਕਿ ਜੋ ਤੀਰ ਨਿਸ਼ਾਨੇ ਖੁੰਝ ਜੇ ਉਹ ਕਾਹਦਾ ਹੈ ਹਥਿਆਰ, ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾ ਕਰਜੇ ਵਾਰ, ਉਹਦੀ ਜਿੱਤ ਹਮੇਸ਼ਾ ਦੋਸਤੋ ਜੋ ਪਹਿਲਾ ਕਰਜੇ ਵਾਰ। ਪਈ ਹੋਈ ਕਬੱਡੀ ਨੌਜਨ ਗੱਭਰੂ ਦੀ, ਦਿਲਪ੍ਰੀਤ ਰੌਣੀ ਵਾਲੇ ਦੀ। ਇੱਕ ਕੰਨੀ ਤੇ ਕਹਿੰਦੇ ਮੋਟਾ ਕੌਕਿਆ ਵਾਲਾ, ਸਰਾਭੇ ਦੇ ਕਬੱਡੀ ਕੱਪ ਦਾ ਕਹਿੰਦੇ ਮੋਟਰਸਾਈਕਲ ਜੇਤੂ ਹੈ। ਅਸੀਂ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜਾਬੀ ਬੱਦੋਵਾਲ ਬਾਈ ਜੀ ਦਾ, ਮਾਨ ਜੱਟਪੁਰਾ, ਦੀਪ ਜੈਨਪੁਰ, ਜੱਸਾ ਬੁਰਜ, ਨੋਨੀ ਮਹਿਲ ਕਲਾਂ, ਰੂਬਲ ਚੇਅਰਮੈਨ ਮਹਿਲ ਕਲਾਂ, ਤੇ ਬਿੰਦਰ ਵਲੀਲਾ ਟਰੱਕ ਯੂਨੀਅਨ ਪ੍ਰਧਾਨ ਜਗਰਾਓਂ। ਉਧਰ ਗਗਨ ਸਾਡਾ ਵੀਰ ਹਲਵਾਰੇ ਵਾਲਾ ਕੁਝ ਸਾਰੇ ਸਾਥੀਆਂ ਦਾ ਧੰਨਵਾਦ ਕਰ ਰਿਹਾ ਹੈ ਜਿਨ੍ਹਾਂ ਨੇ ਇਸ ਕੈਨੇਡਾ ਕਬੱਡੀ ਕੱਪ ਦੇ ਲਈ ਵੱਡੇ ਯੋਗਦਾਨ ਪਾਏ ਹੈ। ਲਓ ਅਗਲੀ ਕਬੱਡੀ ਪਾਉਣ ਦੇ ਲਈ ਕਹਿੰਦੇ ਨੌਜਵਾਨ ਪਿੰਡਾਂ ਮੇਰੇ ਵੀਰ, ਇਹ ਹੈ ਖਹਿਰਾ ਵਾਲਾ ਪਿੰਡਾਂ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਾਧਾ ਹੋਇਆ। ਚਾਰ ਜਾਫੀ ਤਿਆਰ ਨੇ, ਅਮਰੂ ਕਹਿੰਦੇ ਨਾਲ ਬਿੰਦੀ ਜੌਲ ਨਿੱਕਾ, ਤੇ ਕਹਿੰਦੇ ਮਨਜਿੰਦਰ ਸਿੰਘ ਨੂੰ ਤਿੰਨ ਨਾਵਾਂ ਦੇ ਨਾਲ ਦੁਨੀਆ ਜਾਣਦੀ ਹੈ, ਪਰ ਪਿੰਦਾ ਖਹਿਰਾ ਵਾਲਾ ਨੌਜਵਾਨ ਰੌਣੀ ਦੀ ਟੀਮ ਦੇ ਲਈ ਪੁਆਇੰਟ ਦਾ ਵਾਧਾ ਕਰਦਾ ਹੋਇਆ। ਗਗਨ ਜਲਾਲ ਦੀ ਧਰਤੀ ਦਾ ਅਗਲੀ ਕਬੱਡੀ ਪਾਉਣ ਦੇ ਲਈ ਫਿਰ ਨੌਜਵਾਨ ਤਿਆਰ ਹੈ ਕਿ ਆਰੀ ਆਰੀ ਆਰੀ, ਉਹ ਕਿਹੜੀ ਖੇਡ ਮਿੱਤਰੋ, ਜੋ ਖੇਡਾਂ ਚੋਂ ਖੇਡ ਲਿਆਰੀ, ਉਸ ਨੂੰ ਕਬੱਡੀ ਆਖਦੇ, ਜਿਹੜੀ ਲੱਗੇ ਜਾਣ ਤੋਂ ਪਿਆਰੀ, ਖੇਡਾਂ ਭਾਵੇਂ ਹੋਰ ਵੜੀਆਂ ਪਰ ਸਾਡੀ ਕਬੱਡੀ ਦੀ ਇਹ ਸਰਦਾਰੀ, ਸਰਦਾਰੀ ਹੈ ਦੁਨੀਆਂ ਦੇ ਵਿੱਚ ਕਹਿੰਦੇ ਖੇਡ ਕਬੱਡੀ ਦੀ। ਇਹ ਆ ਦੀਪਾ ਹੈ ਨੌਜਵਾਨ, ਪੂਰੀ ਕੋਸ਼ਿਸ਼ ਕੀਤੀ ਹੈ, ਕਹਿੰਦੇ ਗੋਰਾ ਤਲਵੰਡੀ ਵਾਲਾ ਜਿਹਨੂੰ ਵੱਢ ਕਾਣਾ ਵੀ ਕਹਿੰਦੇ ਆ ਮੇਰੇ ਵੀਰੋ, ਪਰ ਪੁਆਇੰਟ ਜਲਾਲ ਵਾਲੇ ਨੇ ਆਪਣੀ ਟੀਮ ਦੇ ਲਈ ਜੋੜ ਦਿੱਤਾ। ਬਹੁਤ ਬਹੁਤ ਧੰਨਵਾਦੀ ਹਾਂ ਸਰਦਾਰ ਜਸਵੀਰ ਸਿੰਘ ਸੇਖੂਪੁਰਾ, ਸੀਨੀਅਰ ਮੀਤ ਪ੍ਰਧਾਨ, ਯੂਥ ਅਕਾਲੀ ਦਲ ਕੈਨੇਡਾ, ਟੀਨੂ ਦੇਓਲ ਵੋਪਰ ਆਏ ਵੈਨਕੂਵਰ ਤੋਂ, ਹਰਦਿਆਲ ਸਿੰਘ ਬਾਂਕਾ ਵੋਪਰ ਆਏ।